ਵੱਡੀ ਸੜਕ ਤੇ ਲੰਘਦੇ ਹੋ, ਦਿੱਲੀ ਨੂੰ ਜਾਂਦੇ ਹੋ, ਅੰਮ੍ਰਿਤਸਰ ਨੂੰ ਜਾਂਦੇ ਹੋ, ਲੁਧਿਆਣੇ ਜਾਂਦੇ ਹੋ, ਸੜਕ ਕਿਨਾਰੇ ਤੁਸੀਂ ਵੇਖਿਆ ਹੋਣਾ ਕਿ ਸਾਡੇ ਕਈ ਜਿਹੜੇ ਉੱਦਮੀ ਲੋਕ ਨੇ ਉਹਨਾਂ ਨੇ ਰੇੜੀਆਂ ਲਾਈਆਂ ਹੁੰਦੀਆਂ ਨੇ ਸਾਈਡਾਂ 'ਤੇ, ਔਰ ਉਹਨਾਂ ਨੇ ਖਾਸ ਤੌਰ 'ਤੇ ਕੀਨੂ ਵਾਲੇ ਦਿਨਾਂ ਵਿੱਚ ਕੀਨੂ ਇੰਨੇ ਵਧੀਆ ਢੰਗ ਨਾਲ ਸਜਾਏ ਹੁੰਦੇ ਆ ਕਿ ਤੁਹਾਡਾ ਬਦੋ ਬਦੀ ਉੱਥੇ ਰੁਕਣ ਨੂੰ ਦਿਲ ਕਰ ਜਾਂਦਾ। ਸਾਡੇ ਕਿਸਾਨ ਜਦੋਂ ਮੰਡੀ 'ਚ ਜਾਂਦੇ ਆ, ਆਪਾਂ ਵੇਖਿਆ ਕਿ ਅੱਜ ਕੱਲ੍ਹ ਕਿਸਾਨ ਮੰਡੀਆਂ ਦੇ ਵਿੱਚ ਸਾਡੇ ਕਿਸਾਨ ਵੀ ਟਰਾਲੀਆਂ ਲੈ ਕੇ ਜਾਂਦੇ ਆ, ਅਤੇ ਆਪਾਂ ਟਮਾਟਰਾਂ ਦਾ ਢੇਰ ਲਾਇਆ ਹੁੰਦਾ, ਗੋਭੀ ਦਾ ਢੇਰ ਲਾਇਆ ਹੁੰਦਾ, ਗਾਜਰਾਂ ਵੀ ਉਂਝ ਰੱਖੀਆਂ ਹੁੰਦੀਆਂ। ਤੁਸੀਂ ਵੇਖੋ ਦੂਸਰੇ ਪਾਸੇ ਜਿਹੜਾ ਕੋਈ ਪ੍ਰੋਫੈਸ਼ਨਲ ਬੰਦਾ ਰੇਹੜੀ ਵਾਲਾ, ਉਹਨੇ ਗਾਜਰਾਂ ਸਿੱਧੀਆਂ ਕਰਕੇ ਲਾਈਆਂ ਹੁੰਦੀਆਂ, ਪਈਆਂ ਹੀ ਸੋਹਣੀਆਂ ਲੱਗਦੀਆਂ, ਖਿੱਚਦੀਆਂ। ਉਹ ਅੱਜ ਕੱਲ੍ਹ ਜ਼ਮਾਨਾ ਹੈ ਕਿ ਸਜਾ ਕੇ ਤੁਸੀਂ ਬਹੁਤ ਕੁਝ ਜਿਹੜਾ ਉਹ ਵੇਚ ਸਕਦੇ ਹੋ, ਔਰ ਸਮੇਂ ਦੇ ਨਾਲ ਨਾਲ ਹੁਣ ਲੋਕ ਜਿਹੜੇ ਆ ਉਹ ਪੈਕਿੰਗ ਵਾਲੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਗੌਰਮੈਂਟ ਨੇ ਇਸ ਤਰ੍ਹਾਂ ਦੇ ਸਟੈਂਡਰਡਸ ਬਣਾ ਦਿੱਤੇ ਨੇ। ਇੱਕ ਐਗ ਮਾਰਕ ਹੈ, ਇੱਕ FSSAI ਹੈ, ਸੋ ਉਹ ਲੋਕਾਂ ਨੇ ਮਾਰਕ ਲੈ ਲਏ ਹੋਏ ਆ, ਨੰਬਰ ਲੈ ਲਏ ਹੋਏ, ਉਹ ਸਜਾ ਕੇ ਉਹਦੇ ਉੱਤੇ ਉਹ ਵੇਚਦੇ ਆ। ਉਹਦੇ ਨਾਲ ਵੀ ਤੁਹਾਡੀ ਜਿਹੜੀ ਆ ਉਹ ਕ੍ਰੈਡੀਬਿਲਟੀ, ਵਿਸ਼ਵਾਸ ਬਣਦਾ ਕਿ ਇਹਦੇ ਵਿੱਚ ਚੀਜ਼ ਜਿਹੜੀ ਆ ਵਧੀਆ। ਜ਼ਮਾਨਾ ਸਜਾਵਟ ਦਾ, ਸਜਾਵਟ ਕਰਕੇ ਤੁਸੀਂ ਚੀਜ਼ ਨੂੰ ਵੇਚ ਸਕਦੇ ਹੋ। TV ਦੇ ਉੱਤੇ ਕਿੰਨੀਆਂ ਕੰਪਨੀਆਂ ਦੀ ਐਡਵਰਟਾਈਜ਼ਮੈਂਟ ਆਉਂਦੀ ਹੈ, ਸਾਰੀਆਂ ਪੈਕਿੰਗ ਦੇ, ਉਹਨਾਂ ਦੀ ਕੀਮਤ ਨਹੀਂ ਉਨੀ ਹੁੰਦੀ ਜਿੰਨੀ ਦਿੰਦੇ ਅਸੀਂ। ਦਰਅਸਲ ਉਹ ਜਿਹੜਾ ਅਖਬਾਰਾਂ 'ਚ, TV 'ਚ, ਰੇਡੀਓ 'ਚ, ਬੋਰਡਸ, ਹੋਰਡਿੰਗ ਲੱਗੀਆਂ ਹੁੰਦੀਆਂ, ਉਹਦਾ ਕੀਮਤ ਵੀ ਅਸੀਂ ਦਿੰਦੇ ਹਾਂ, ਪਰ ਅਸੀਂ ਖਰੀਦਦੇ ਹਾਂ ਉਹ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਪਨੀਰ ਪੈਕਡ ਹੈ, ਦਹੀਂ ਪੈਕਡ ਹੈ, ਖਾਣ ਵਾਲੀ ਚੀਜ਼ ਬਿਸਕੁਟ ਪੈਕਡ ਹੈ, ਤਾਂ ਉਹ ਠੀਕ ਹੋਏਗੀ। ਖੁੱਲ੍ਹੀਆਂ ਚੀਜ਼ਾਂ ਲੈਣੀਆਂ ਲੋਕ ਪਸੰਦ ਨੇ। ਕਿਸਾਨ ਭੈਣੋ ਅਤੇ ਕਿਸਾਨ ਭਰਾਓ, ਸਤਿ ਸ਼੍ਰੀ ਅਕਾਲ। ਆਪਾਂ ਜਦੋਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਲੈਣ ਜਾਂਦੇ ਹਾਂ ਦੁਕਾਨ ਦੇ ਉੱਤੇ, ਤਾਂ ਤੁਸੀਂ ਵੇਖਿਆ ਹੋਣਾ ਕਿ ਉਹ ਕਿਵੇਂ ਚੀਜ਼ਾਂ ਉਹਨਾਂ ਨੇ ਤਰਤੀਬ 'ਚ ਰੱਖੀਆਂ ਹੁੰਦੀਆਂ ਨੇ। ਜੇ ਦਾਲਾਂ ਹੈ ਤਾਂ ਦਾਲਾਂ ਪਈਆਂ ਨੇ, ਬਿਸਕੁਟ ਹੈ ਤਾਂ ਬਿਸਕੁਟ ਪਏ ਹੈ, ਮਸਾਲੇ ਹੈ ਤਾਂ ਮਸਾਲੇ ਹੈ, ਸਾਬਣ ਹੈ ਵੱਖਰੀਆਂ ਨੇ, ਪੇਸਟ ਵੱਖਰੀ ਹੈ। ਇਸੇ ਤਰ੍ਹਾਂ ਤੁਸੀਂ ਕਈ ਵਾਰੀ ਵੱਡੀ ਸੜਕ 'ਤੇ ਲੰਘਦੇ ਹੋ, ਦਿੱਲੀ ਨੂੰ ਜਾਂਦੇ ਹੋ, ਅੰਮ੍ਰਿਤਸਰ ਨੂੰ ਜਾਂਦੇ ਹੋ, ਲੁਧਿਆਣੇ ਜਾਂਦੇ ਹੋ, ਸੜਕ ਕਿਨਾਰੇ ਤੁਸੀਂ ਵੇਖਿਆ ਹੋਣਾ ਕਿ ਸਾਡੇ ਕਈ ਜਿਹੜੇ ਉੱਦਮੀ ਲੋਕ ਨੇ ਉਹਨਾਂ ਨੇ ਰੇੜੀਆਂ ਲਾਈਆਂ ਹੁੰਦੀਆਂ ਨੇ ਸਾਈਡਾਂ 'ਤੇ, ਔਰ ਉਹਨਾਂ ਨੇ ਖਾਸ ਤੌਰ 'ਤੇ ਕੀਨੂ ਵਾਲੇ ਦਿਨਾਂ ਵਿੱਚ ਕੀਨੂ ਇੰਨੇ ਵਧੀਆ ਢੰਗ ਨਾਲ ਸਜਾਏ ਹੁੰਦੇ ਆ ਕਿ ਤੁਹਾਡਾ ਬਦੋ ਬਦੀ ਉੱਥੇ ਰੁਕਣ ਨੂੰ ਦਿਲ ਕਰ ਜਾਂਦਾ। ਉਹਨਾਂ ਨੇ ਨਾਲ ਸੇਬ ਵੀ ਰੱਖੇ ਹੁੰਦੇ ਆ, ਕੇਲੇ ਵੀ ਰੱਖੇ ਹੁੰਦੇ ਆ, ਕਈ ਕੁਝ ਹੋਰ ਵੀ ਉਹਨਾਂ ਨੇ ਐਨ ਸਜਾ ਕੇ ਰੱਖਿਆ ਹੁੰਦਾ, ਭਾਵ ਕਿ ਸਾਨੂੰ ਉਹ ਖਿੱਚ ਜਿਹੜੀ ਆ ਰੋਕਦੀ ਆ। ਤੁਸੀਂ ਆਪਣੇ ਸ਼ਹਿਰ ਦੇ ਬਾਹਰ ਲੰਘੋ, ਬਾਹਰਲੇ ਪਾਸੇ ਜਿਹੜੇ ਸਾਡੇ ਪ੍ਰਵਾਸੀ ਲੋਕ ਆਏ ਹੋਏ ਆ UP ਬਿਹਾਰ ਤੋਂ, ਉਹਨਾਂ ਨੇ ਆ ਕੇ ਵੀ ਇੱਥੇ ਕੰਮ ਸਬਜ਼ੀਆਂ ਦਾ ਸ਼ੁਰੂ ਕਰ ਦਿੱਤਾ, ਫਲਾਂ ਦਾ ਕਰਤਾ। ਉਹਨਾਂ ਦੀਆਂ ਰੇੜੀਆਂ ਜ਼ਰਾ ਵੇਖਿਆ ਕਰੋ ਕਿ ਉਹਨਾਂ ਨੇ ਕਿੰਨੇ ਪਿਆਰ ਨਾਲ ਸਜਾਈਆਂ ਹੁੰਦੀਆਂ ਨੇ, ਮਤਲਬ ਕਮਾਲ ਦੀ ਗੱਲ ਹੈ। ਲੇਕਿਨ ਸਾਡੇ ਕਿਸਾਨ ਜਦੋਂ ਮੰਡੀ 'ਚ ਜਾਂਦੇ ਆ, ਆਪਾਂ ਵੇਖਿਆ ਕਿ ਅੱਜ ਕੱਲ੍ਹ ਕਿਸਾਨ ਮੰਡੀਆਂ ਦੇ ਵਿੱਚ ਸਾਡੇ ਕਿਸਾਨ ਵੀ ਟਰਾਲੀਆਂ ਲੈ ਕੇ ਜਾਂਦੇ ਆ, ਅਤੇ ਆਪਾਂ ਟਮਾਟਰਾਂ ਦਾ ਢੇਰ ਲਾਇਆ ਹੁੰਦਾ, ਗੋਭੀ ਦਾ ਢੇਰ ਲਾਇਆ ਹੁੰਦਾ, ਗਾਜਰਾਂ ਵੀ ਉਂਝ ਰੱਖੀਆਂ ਹੁੰਦੀਆਂ। ਤੁਸੀਂ ਵੇਖੋ ਦੂਸਰੇ ਪਾਸੇ ਜਿਹੜਾ ਕੋਈ ਪ੍ਰੋਫੈਸ਼ਨਲ ਬੰਦਾ ਰੇਹੜੀ ਵਾਲਾ, ਉਹਨੇ ਗਾਜਰਾਂ ਸਿੱਧੀਆਂ ਕਰਕੇ ਲਾਈਆਂ ਹੁੰਦੀਆਂ, ਪਈਆਂ ਹੀ ਸੋਹਣੀਆਂ ਲੱਗਦੀਆਂ, ਖਿੱਚਦੀਆਂ ਨੇ। ਸੋ ਇਹ ਹੈ ਢੰਗ ਮੰਡੀ ਕਰਨ ਦਾ। ਤੁਸੀਂ ਵੇਖਿਆ ਕਿ ਬਾਜ਼ਾਰ ਦੇ ਵਿੱਚੋਂ ਪੈਕਿੰਗ ਚੀਜ਼ਾਂ ਮਿਲਦੀਆਂ ਨੇ, ਕਿੰਨੀ ਸੋਹਣੀ ਪੈਕਿੰਗ ਆਉਂਦੀ ਹੈ। ਸੋ ਅੱਜ ਕੱਲ੍ਹ ਜ਼ਮਾਨਾ ਹੈ ਕਿ ਸਜਾ ਕੇ ਤੁਸੀਂ ਬਹੁਤ ਕੁਝ ਜਿਹੜਾ ਉਹ ਵੇਚ ਸਕਦੇ ਹੋ, ਔਰ ਸਮੇਂ ਦੇ ਨਾਲ ਨਾਲ ਹੁਣ ਲੋਕ ਜਿਹੜੇ ਆ ਉਹ ਪੈਕਿੰਗ ਵਾਲੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਗੌਰਮੈਂਟ ਨੇ ਇਸ ਤਰ੍ਹਾਂ ਦੇ ਸਟੈਂਡਰਡਸ ਬਣਾ ਦਿੱਤੇ ਨੇ। ਇੱਕ ਐਗ ਮਾਰਕ ਹੈ, ਇੱਕ FSSAI ਹੈ, ਸੋ ਉਹ ਲੋਕਾਂ ਨੇ ਮਾਰਕ ਲੈ ਲਏ ਹੋਏ ਆ, ਨੰਬਰ ਲੈ ਲਏ ਹੋਏ, ਉਹ ਸਜਾ ਕੇ ਉਹਦੇ ਉੱਤੇ ਉਹ ਵੇਚਦੇ ਆ। ਉਹਦੇ ਨਾਲ ਵੀ ਤੁਹਾਡੀ ਜਿਹੜੀ ਆ ਉਹ ਕ੍ਰੈਡੀਬਿਲਟੀ, ਵਿਸ਼ਵਾਸ ਬਣਦਾ ਕਿ ਇਹਦੇ ਵਿੱਚ ਚੀਜ਼ ਜਿਹੜੀ ਆ ਵਧੀਆ। ਆਪਣੇ ਪਿੰਡਾਂ ਦੇ ਵਿੱਚ ਦੇਖਿਆ ਕਿ ਪਹਿਲਾਂ ਜਦੋਂ, ਹੁਣ ਵੀ ਹੈ, ਮੱਝਾਂ ਵੇਚਦੇ ਆ, ਤਾਂ ਜਿਸ ਦਿਨ ਮੱਝ ਵੇਚਣੀ ਹੁੰਦੀ ਆ ਤਾਂ ਉਸ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਨਵਾਉਂਦੇ ਆ, ਉਹਦੇ ਖੁਰ ਸਾਫ਼ ਕਰਦੇ ਆ, ਗੋਹਾ ਨਹੀਂ ਲੱਗਿਆ ਹੁੰਦਾ ਜਦੋਂ ਵਪਾਰੀ ਆਉਂਦੇ ਆ, ਜਿਹੜੇ ਸਿੰਘ ਨੇ ਉਹਨਾਂ ਦੇ ਉੱਤੇ ਐਨ ਮਾਲਿਸ਼ ਕੀਤਾ ਹੁੰਦਾ, ਤੇਲ ਸਾਰਾ ਪਿੰਡਾ ਤੇਲ ਨਾਲ ਲਿਸ਼ਕਾਇਆ ਹੁੰਦਾ, ਰੰਗ ਬਿਰੰਗਾ ਜਿਹੜਾ ਗਲ ਦੇ ਵਿੱਚ ਰੱਸਾ ਪਾਇਆ ਹੁੰਦਾ, ਉਹ ਸੋਹਣਾ ਲੱਗਦਾ। ਸੋ ਕੁਛ ਕੀਮਤ 'ਤੇ ਜਿਹੜੀ ਆ ਉਹ ਚੀਜ਼ ਨੂੰ ਪੈਕਿੰਗ ਵੇਖ ਕੇ ਤੁਹਾਡਾ ਦਿਲ ਕਰ ਆਉਂਦਾ,
ਆ ਪਿੱਛੇ ਜੇ ਖਬਰ ਆਈ ਸੀ ਕਿ ਇੱਕ ਬੰਦੇ ਨੇ ਤੇ ਘੋੜੇ ਨੂੰ ਰੰਗ ਕਰਕੇ ਹੀ ਵੇਚ ਦਿੱਤਾ, ਜਦੋਂ ਪਤਾ ਲੱਗਿਆ ਬਾਅਦ ਦੇ ਵਿੱਚ ਕਿ ਉਹ ਤੇ ਘੋੜੇ ਨੂੰ ਰੰਗ ਕੀਤਾ ਹੋਇਆ ਸੀਗਾ, ਫਿਰ ਉਹ ਕੇਸ ਵੀ ਚੱਲਿਆ। ਖੈਰ ਮੈਂ ਤਾਂ ਨਹੀਂ ਕਹਿੰਦਾ ਕੇਸਾਂ ਦਾ ਧੋਖਾ ਕਰੋ, ਪਰ ਕਹਿਣ ਦਾ ਭਾਵ ਹੈ ਕਿ ਅੱਜ ਕੱਲ੍ਹ ਜ਼ਮਾਨਾ ਸਜਾਵਟ ਦਾ, ਸਜਾਵਟ ਕਰਕੇ ਤੁਸੀਂ ਚੀਜ਼ ਨੂੰ ਵੇਚ ਸਕਦੇ ਹੋ। ਟੀ ਵੀ ਦੇ ਉੱਤੇ ਕਿੰਨੀਆਂ ਕੰਪਨੀਆਂ ਦੀ ਐਡਵਰਟਾਈਜ਼ਮੈਂਟ ਆਉਂਦੀ ਹੈ, ਸਾਰੀਆਂ ਪੈਕਿੰਗ ਦੇ, ਉਹਨਾਂ ਦੀ ਕੀਮਤ ਨਹੀਂ ਉਨੀ ਹੁੰਦੀ ਜਿੰਨੀ ਦਿੰਦੇ ਅਸੀਂ। ਦਰਅਸਲ ਉਹ ਜਿਹੜਾ ਅਖਬਾਰਾਂ 'ਚ, ਟੀ ਵੀ 'ਚ, ਰੇਡੀਓ 'ਚ, ਬੋਰਡਸ ਹੋਲਡਿੰਗ ਲੱਗੀਆਂ ਹੁੰਦੀਆਂ, ਉਹਦਾ ਕੀਮਤ ਵੀ ਅਸੀਂ ਦਿੰਦੇ ਹਾਂ, ਪਰ ਅਸੀਂ ਖਰੀਦਦੇ ਹਾਂ ਉਹ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਪਨੀਰ ਪੈਕਡ ਹੈ, ਦਹੀਂ ਪੈਕਡ ਹੈ, ਖਾਣ ਵਾਲੀ ਚੀਜ਼ ਬਿਸਕੁਟ ਪੈਕਡ ਹੈ, ਤਾਂ ਉਹ ਠੀਕ ਹੋਏਗੀ। ਖੁੱਲੀਆਂ ਚੀਜ਼ਾਂ ਲੈਣੀਆਂ ਲੋਕ ਪਸੰਦ ਨਹੀਂ ਕਰਦੇ। ਸੋ ਮੰਡੀਕਰਨ ਦੇ ਵਿੱਚ ਕਿਸਾਨ ਦਾ ਜਿਹੜਾ ਬੜਾ ਵੱਡਾ ਰੋਲ ਹੈ, ਉਹ ਹੈ ਕਿ ਆਪਾਂ ਚੀਜ਼ਾਂ ਨੂੰ ਸਿੱਧੀਆਂ ਨਾ ਲੈ ਕੇ ਜਾਈਏ, ਸਾਫ਼ ਸੁਥਰੀਆਂ ਸੋਹਣੀਆਂ ਕਰਕੇ ਲੈ ਕੇ ਜਾਈਏ, ਉਹਨਾਂ ਨੂੰ ਸਜਾਉਣਾ ਵੀ ਸਿੱਖ ਲਈਏ ਉੱਥੇ ਆਪਾਂ। ਅਤੇ ਜਿਹੜੇ ਕਿਸਾਨ ਮੰਡੀਕਰਨ ਕਰਨਾ ਚਾਹੁੰਦੇ ਆ ਪ੍ਰੋਫੈਸ਼ਨਲ ਤੌਰ 'ਤੇ ਵੱਡੇ ਪੱਧਰ 'ਤੇ, ਉਹ ਐਗਮਾਰਕ ਵੀ ਲੈ ਸਕਦੇ ਆ, ਕਿਉਂਕਿ ਐਗਮਾਰਕ ਲੈਣਾ ਸਰਕਾਰ ਤੋਂ, ਉਹਦਾ ਮਤਲਬ ਇਹ ਆ ਕਿ ਸਰਕਾਰ ਇਹ ਤੁਹਾਨੂੰ ਤਸੱਲੀ ਦਿੰਦੀ ਆ ਕਿ ਇਹ ਵਿਅਕਤੀ ਜਿਹੜਾ ਇਸ ਐਗਮਾਰਕ ਦੇ ਨਾਲ ਕੋਈ ਚੀਜ਼ ਵੇਚ ਰਿਹਾ। ਐਗਮਾਰਕ ਦਾ ਮਤਲਬ ਹੈਗਾ ਐਗਰੀਕਲਚਰ ਗ੍ਰੇਡ ਮਾਰਕੀਟਿੰਗ। ਸੋ ਉਹਦਾ ਮਤਲਬ ਇਹ ਹੈ ਕਿ ਇਹਦੇ ਉੱਤੇ ਸਰਕਾਰ ਦੀ ਮੋਹਰ ਹੈ ਕਿ ਇਹ ਚੀਜ਼ਾਂ ਚੰਗੀਆਂ ਅਤੇ ਵਧੀਆ ਵੇਚ ਰਿਹਾ, ਸਟੈਂਡਰਡ ਦੇ ਮੁਤਾਬਕ ਵੇਚਦਾ। ਇਸੇ ਤਰ੍ਹਾਂ ਜਿਹੜੀਆਂ ਤੁਸੀਂ ਚੀਜ਼ਾਂ ਖਾਣ ਵਾਲੀਆਂ ਪੈਕ ਕਰਕੇ ਵੇਚਦੇ ਹੋ, ਜਿੰਨੀਆਂ ਵੀ ਹੈ, ਚਾਹੇ ਦੁੱਧ ਹੈ, ਪਨੀਰ ਹੈ, ਦਹੀਂ ਹੈ, ਉਹਦੇ ਲਈ ਵੀ ਤੁਹਾਨੂੰ ਜਿਹੜਾ ਇੱਕ ਸੈਂਟਰ ਗੌਰਮੈਂਟ ਤੋਂ FSSAI, ਉਹ ਹੈਗਾ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ, ਉਹ ਨੰਬਰ ਮਿਲ ਜਾਏ, ਤੁਹਾਡੀ ਚੀਜ਼ ਹੋਰ ਵਧੀਆ ਵਿਕਣ ਲੱਗ ਪੈਂਦੀ ਹੈ। ਸੋ ਆਪਾਂ ਚੀਜ਼ਾਂ ਵੇਚਣ ਦਾ ਢੰਗ ਵੀ ਸਿੱਖਣਾ, ਉਹਦੇ ਲਈ ਮਾਰਕੀਟਿੰਗ ਦੇ ਢੰਗ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਜਿਹੜੇ ਮਿਲ ਜਾਂਦੇ ਆ। ਇਹਦੇ ਨਾਲ ਨਾਲ ਆਪਾਂ ਘਰ ਦੀਆਂ ਦੂਸਰੀਆਂ ਬਣੀਆਂ ਹੋਈਆਂ ਚੀਜ਼ਾਂ, ਮੈਂ ਤੁਹਾਡੇ ਨਾਲ ਪਹਿਲਾਂ ਵੀ ਕਿਤੇ ਗੱਲ ਕੀਤੀ ਸੀ ਕਿ ਘਰ ਆਪਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੈਦਾ ਕਰਨੀਆਂ ਸ਼ੁਰੂ ਕਰੀਏ, ਜਿਹਦੇ ਵਿੱਚ ਵੇਖੋ ਹਲਦੀ ਪੈਦਾ ਕਰ ਸਕਦੇ ਹਾਂ, ਸੌਂਫ ਪੈਦਾ ਕਰ ਸਕਦੇ ਹਾਂ, ਜੀਰਾ ਹੈ, ਧਨੀਆ ਹੈ, ਮੇਥੀ ਹੈ, ਬਾਕੀ ਬੜੀਆਂ ਚੀਜ਼ਾਂ ਨੇ, ਮਸਾਲੇ ਆਪਾਂ ਵੱਖਰੇ ਵੱਖਰੇ ਬਣਾ ਸਕਦੇ ਹਾਂ, ਲਿਆ ਕੇ ਉਹਨਾਂ ਨੂੰ ਪੀਸ ਕੇ ਬਣਾ ਸਕਦੇ ਹਾਂ। ਕਈ ਕਿਸਾਨ ਆਪਣੀ ਬਣੀ ਹੋਈ ਹਲਦੀ ਵੇਚਦੇ ਆ, ਉਹ ਹਲਦੀ ਬਹੁਤ ਵਿਕਦੀ ਹੈ, ਕਿਉਂਕਿ ਇੱਕ ਵਾਰੀ ਜਦੋਂ ਤੁਸੀਂ ਵਿਸ਼ਵਾਸ ਬਣਾ ਲੈਂਦੇ ਹੋ ਤਾਂ ਫਿਰ ਤੁਹਾਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਨਾਂ ਕੁਝ ਕਹਿਣ ਤੋਂ ਵਿਕ ਜਾਂਦੀਆਂ ਨੇ। ਸੋ ਇਸ ਕਰਕੇ ਮਾਰਕੀਟਿੰਗ ਵਾਲੇ ਪਾਸੇ ਆਉਣਾ ਚਾਹੀਦਾ, ਖੇਤੀ ਵਿਭਿੰਨਤਾ ਦੇ ਨਾਲ ਨਾਲ ਫਿਰ ਸਾਨੂੰ ਮਾਰਕੀਟਿੰਗ ਦਾ ਬੜਾ ਵੱਡਾ ਰੋਲ ਹੈ। ਆਪ ਵੇਚੀਏ, ਆਪ ਜਾ ਕੇ ਵੇਚੀਏ, ਮੰਡੀ ਫੀਸ ਤੋਂ ਬਚ ਜਾਂਗੇ, ਜਿਹੜਾ ਮਾਰਜਨ ਵੇਚਣ ਵਾਲੇ ਨੇ ਲੈਣਾ ਉਹ ਸਿੱਧਾ ਤੁਹਾਨੂੰ ਆ ਜਾਏਗਾ। ਦੂਸਰੀ ਗੱਲ ਇਹ ਆ ਕਿ ਜਦੋਂ ਤੁਸੀਂ ਮੰਡੀ ਦੇ ਵਿੱਚ ਕਿਸਾਨ ਵੀਰ ਵਧੀਆ ਚੀਜ਼ ਸੋਹਣੇ ਢੰਗ ਨਾਲ ਉੱਥੇ ਵੇਚ ਰਿਹਾ ਹੁੰਦਾ ਨਾ, ਲੋਕਾਂ ਦੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਕਿਸਾਨ ਆਇਆ ਉਹਦੇ ਕੋਲੋਂ ਲੈ ਲਈਏ, ਕਿਉਂਕਿ ਉਹ ਸਿੱਧਾ ਮੰਡੀ ਤੋਂ ਲੈ ਕੇ ਆਇਆ ਹੁੰਦਾ, ਕਿਉਂਕਿ ਜਿਹੜੇ ਦੂਸਰੇ ਲੋਕ ਆ ਉਹ ਪਹਿਲਾਂ ਮੰਡੀ ਜਾਂਦੇ ਨੇ, ਮੰਡੀ ਪਹਿਲਾਂ ਕਿਸਾਨ ਲੈ ਕੇ ਆਉਂਦਾ ਰਾਤ ਨੂੰ ਜਾਂ ਸਵੇਰੇ, ਫਿਰ ਉਹ ਅਗਲਾ ਜਿਹੜਾ ਰੇਹੜੀ ਵਾਲਾ ਹੈ ਜਾਂ ਵੇਚਣ ਵਾਲਾ ਉਹ ਲੈ ਕੇ ਆਪਣੀ ਦੁਕਾਨ 'ਤੇ ਰੱਖਦਾ ਜਾਂ ਰੇਹੜੀ ਲੈ ਕੇ ਸ਼ਾਮ ਤੱਕ ਫਿਰਦਾ, ਪਰ ਤੁਸੀਂ ਸਵੇਰੇ ਹੀ ਲੈ ਕੇ ਸ਼ਾਮ ਨੂੰ ਸਿੱਧਾ ਉੱਥੇ ਪਹੁੰਚ ਜਾਂਦੇ ਹੋ। ਇਹ ਵੀ ਇੱਕ ਵਿਸ਼ਵਾਸ ਹੈ ਕਿ ਤੁਹਾਡਾ ਕਿਸਾਨ ਤੋਂ ਸਿੱਧਾ ਸਮਾਨ ਆ ਰਿਹਾ। ਹੁਣ ਤਾਂ ਪਿਛਲੇ ਸਮੇਂ 'ਚ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਉਸ ਤੋਂ ਬਾਅਦ ਤਾਂ ਲੋਕਾਂ ਦਾ ਕਿਸਾਨਾਂ ਪ੍ਰਤੀ ਰੁਝਾਨ ਬੜਾ ਵਧੀਆ ਵਧਿਆ, ਕਿਸਾਨ ਤੋਂ ਸਿੱਧੀ ਚੀਜ਼ ਲੈਣੀ ਜਿਹੜੀ ਉਹ ਪਸੰਦ ਕਰਦੇ ਆ। ਸੋ ਇਸ ਚੀਜ਼ ਦਾ ਫਾਇਦਾ ਉਠਾਉਣ ਦੀ ਲੋੜ ਹੈ ਕਿ ਆਪਾਂ ਮੰਡੀਕਰਨ ਵਾਲੇ ਪਾਸੇ ਆਈਏ, ਟ੍ਰੇਨਿੰਗ ਲਈਏ। ਟ੍ਰੇਨਿੰਗ ਦੇਣ ਲਈ ਤੁਹਾਨੂੰ ਵਿਭਾਗ ਵੱਖਰੇ ਵੱਖਰੇ, ਯੂਨੀਵਰਸਿਟੀ ਵੀ ਹੈ, ਖੇਤੀਬਾੜੀ ਵਿਭਾਗ ਵੀ ਹੈ, ਬਾਗਬਾਨੀ ਵਿਭਾਗ ਵੀ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਇਹ ਟ੍ਰੇਨਿੰਗ ਕਰ ਲੈਂਦੇ ਹੋ ਫਿਰ ਪੈਕਿੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿੰਨੀ ਪੈਕਿੰਗ ਹੋਣੀ ਚਾਹੀਦੀ ਹੈ, ਛੋਟੀ ਵੱਡੀ ਕਿੱਥੇ ਕਿਵੇਂ ਲੱਗਦੀ ਹੈ, ਇਹ ਸਾਰਾ ਕੁਝ ਜਿਹੜਾ ਉਹ ਆਪਾਂ ਸਿੱਖ ਸਕਦੇ ਹਾਂ ਅਤੇ ਸਿੱਖ ਕੇ ਵਧੀਆ ਮੁਨਾਫਾ ਕਮਾ ਸਕਦੇ ਹਾਂ। ਹੁਣ ਵੇਲਾ ਹੁੰਦਾ, ਇਜਾਜ਼ਤ ਦਿਓ, ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਅੱਗੇ ਕਿਸੇ ਹੋਰ ਵਿਸ਼ੇ ਨਾਲ ਤੁਹਾਡੇ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ।